ਕਹਿੰਦੇ ਚੈਨਲ ਦੇ ਉੱਤੇ ਆਉਂਦਾ, ਖ਼ਬਰਾਂ 'ਚ ਆਉਂਦਾ, ਤੁਹਾਡੇ ਐਡ ਵਿੱਚ ਆਉਂਦਾ, ਸਾਰੇ ਪਾਸੇ ਵੀਜ਼ਾ ਲੱਗਣ ਤੋਂ ਬਾਅਦ ਕਹਿੰਦੇ ਐਡ 'ਤੇ ਕੋਈ ਹੋਰ ਹੀ ਗੱਲ ਹੁੰਦੀ ਹੈ, ਗੱਲ ਹੋਰ ਹੁੰਦੀ ਹੈ ਕਿ ਗੱਲ ਠੀਕ ਹੈ? ਨਹੀਂ, ਅਸੀਂ ਨਹੀਂ ਲੈਂਦੇ ਪੈਸੇ, ਉਹ ਕੰਪੀਟੀਟਰ ਹੋਣਾ ਸਾਡਾ। ਫਿਰ ਤੁਸੀਂ ਜਿਹੜਾ ਹੁਣ ਪਿੱਛੇ ਕੰਮ ਸ਼ੁਰੂ ਕੀਤਾ ਸੀਗਾ, 5 ਲੱਖ ਦੇ ਵਿੱਚ ਵੀਜ਼ਾ ਲਵਾਇਆ ਜਾ ਸਕਦਾ, ਇਹ ਵਿਸ਼ਵਾਸ ਨਹੀਂ ਆ ਰਿਹਾ, ਇਹਦੇ ਵਿੱਚ ਲੋਕੀ ਕਹਿੰਦੇ ਕੋਈ ਗੇਮ ਹੈ? ਨਹੀਂ, ਗੇਮ ਕਾਹਦੀ, ਹੁਣ ਅੱਜ ਗਰੀਬ ਬੰਦੇ ਨਾਲ ਖੜਦੇ ਪਏ ਹਾਂ, ਤੁਸੀਂ ਉਹ ਵੀ ਨਹੀਂ ਕਰ ਦਿੰਦੇ, ਜਦੋਂ ਜ਼ਿਆਦਾ ਲੈਂਦੇ ਸੀ ਉਦੋਂ ਕਹਿੰਦੇ ਬਹੁਤ ਜ਼ਿਆਦਾ ਲੈਂਦੇ, ਲੁੱਟਦੇ ਪਏ। ਹੋ ਸਕਦਾ ਤੁਸੀਂ ਆਪਣੀ ਐਡ ਕਰਕੇ ਜਾਂ ਕਰ ਰਹੇ ਹੋ, ਇਹ ਵੀ ਗੱਲ ਠੀਕ ਹੈ? ਅੱਜ ਕੋਸ਼ਿਸ਼ ਕਰਦੇ ਪਏ ਹਾਂ ਵੀ ਕੋਈ ਗਰੀਬ ਬੰਦਾ ਉਹਦਾ ਵੀ ਸਾਥ ਦੇ ਦਈਏ ਨਾ, ਅਤੇ ਲੋਕਾਂ ਨੂੰ ਇਹਦੇ 'ਚ ਵੀ ਇਤਰਾਜ਼ ਹੈ। ਵੀ ਜਿਹੜਾ ਬੰਦਾ ਇੱਕ 5 ਲੱਖ ਦੇ ਵਿੱਚ ਜਾਏਗਾ, ਉਹਦਾ ਭਰਾ ਫਿਰ 15 ਜਾਂ 16 ਜਾਂ 14 ਜਾਂ 13 ਲੱਖ ਜਾਏਗਾ, ਉਹਨੂੰ ਮਹਿਸੂਸ ਨਹੀਂ ਹੋਏਗਾ? ਨਹੀਂ, ਮਹਿਸੂਸ ਕਿਉਂ ਹੋਏਗਾ, ਕੋਈ ਫੀਸ ਹੀ ਹੋਣੀ ਹੈ ਨਾ, ਸੇਲ ਲੱਗੀ ਸੀ ਇੱਕ ਦਿਨ, ਹੁਣ ਸਾਲ 'ਚ 15 ਦਿਨ ਵਾਸਤੇ ਹੀ ਲਾਵਾਂਗੇ। 18 ਸਾਲ ਦਾ ਜਵਾਕ ਜੇ ਨਸ਼ੇ 'ਚ ਲੱਗ ਗਿਆ, 20-22 ਸਾਲ ਤੱਕ ਉਹਦੀ ਮੌਤ ਹੋ ਜਾਣੀ। ਅੱਜ ਪੰਜਾਬ ਦੇ ਵਿੱਚ ਸਿੰਥੈਟਿਕ ਨਸ਼ਾ ਇੰਨਾ ਕੁ ਜ਼ਿਆਦਾ ਫੈਲ ਗਿਆ, ਉਹਦਾ ਕੋਈ ਹੱਲ ਨਹੀਂ ਹੈਗਾ। ਤੁਸੀਂ ਨਾਲ ਮਿਲ ਕੇ ਕੰਮ ਕਰਦੇ ਹੋ, ਅੱਜ ਤੁਸੀਂ ਗੋ ਟੂ ਪੰਜਾਬ ਦੇ ਇਲਜ਼ਾਮ ਨਾਲ ਗੋ ਟੂ ਪੰਜਾਬ ਤੇ ਤੁਹਾਨੂੰ ਇੱਕ ਕਲੀਅਰ ਕਰਨ ਦਾ ਮੌਕਾ ਮਿਲ ਰਿਹਾ, ਕਿਉਂਕਿ ਲੋਕਾਂ ਤੱਕ ਗੱਲ ਨਹੀਂ ਪਹੁੰਚਦੀ, ਮੈਂ ਤੁਹਾਡੇ ਵਾਲੀ। ਮੈਨੂੰ ਬੜੇ ਲੋਕ ਕਹਿੰਦੇ ਆ ਜੀ, ਰੋਜ਼ ਪੁੱਛਦੇ ਆ, ਕਹਿੰਦੇ ਤੁਸੀਂ ਸੰਤਾਂ ਬੰਤਾਂ ਮਿਲੇ ਹੋਏ ਸਾਰੇ ਜਣੇ, ਤੁਸੀਂ ਬੱਚੇ ਪਾਲ, ਤੁਸੀਂ ਕਿਸੇ ਦੇ ਘਰ ਜਾ ਕੇ ਥੋੜੀ ਕਹਿੰਦੇ ਵੀ ਆ ਜਾਓ ਯਾਰ, ਵੀਜ਼ਾ ਲੱਗ ਜੂ, 100% ਲੱਗ ਜੂ। ਮੈਂ ਆਪਣਾ ਮਕਾਨ ਵੇਚ ਕੇ ਥੋੜੀ ਯਾਰ ਕਿਸੇ ਦੇ ਲਾ ਦੂੰਗਾ। ਅਸੀਂ ਵੀ ਕੈਨੇਡਾ ਚਲੇ ਜਾਈਏ, ਅਸੀਂ ਵੀ ਟੀਕੇ ਲਾਉਣੇ ਸ਼ੁਰੂ ਕਰ ਦਈਏ। ਜੇ ਅੱਜ ਸਮਾਜ 'ਚ ਕੰਮ ਕਰਦੇ ਪਏ ਹਾਂ ਤਾਂ ਨਹੀਂ ਕੋਈ ਕੰਮ ਕਰਨ ਦਿੰਦਾ ਪਿਆ, ਉਹ ਕਿਸੇ ਪਾਸੇ ਤਾਂ ਜੀਣ ਦਿਓ ਯਾਰ। ਕਈ ਲੋਕਾਂ ਦਾ ਇਹ ਵੀ ਮਤਲਬ ਇਲਜ਼ਾਮ ਹੈ, ਕਈ ਬੱਚਿਆਂ ਦਾ, ਕਿ ਸੋਮਵਾਰ ਬੁਲਾਇਆ ਜਾਂਦਾ ਹੈ ਪਰ ਮੈਨੂੰ ਖੁਦ ਨਹੀਂ ਮਿਲਦੇ, ਕਈ ਇੱਦਾਂ ਦੀ ਗੱਲ ਹੈ ਕਿ ਝੂਠ ਹੈ? ਤੁਸੀਂ 4000 ਬੰਦੇ ਨੂੰ ਮਿਲੋਗੇ? ਨਹੀਂ ਮਿਲੇ ਯਾਰ, ਤੁਸੀਂ 100 ਬੰਦੇ ਨੂੰ ਮਿਲੋ, ਡਿੱਗਣ ਜੋਗੇ ਹੋ ਜਾਂਦੇ ਹੋ। ਜੇ ਇੱਕ ਬੰਦਾ ਕੰਮ ਕਰਦਾ ਤੁਸੀਂ ਉਹਨੂੰ ਕੰਮ ਨਹੀਂ ਕਰਨ ਦਿੰਦੇ, ਠੀਕ ਹੈ, ਤੁਹਾਨੂੰ ਪਰਮਾਤਮਾ ਨੇ ਜ਼ਿੰਦਗੀ ਬਖਸ਼ੀ ਹੈ, ਤੁਹਾਡੇ ਕੋਲ ਇੰਟਰਨੈਟ ਦਾ ਕਨੈਕਸ਼ਨ ਹੈ, ਤੁਹਾਡੇ ਕੋਲ ਦੁਨੀਆ ਦੀ ਸੁਪਰ ਪਾਵਰ ਆ, ਮੋਬਾਈਲ ਫੋਨ ਹੈਗਾ, ਤੁਸੀਂ ਧੀ ਭੈਣ ਦੀ ਮਾਂ ਦੀ ਕਾਲ ਇੱਥੇ ਮਿੰਟ 'ਚ ਹੀ ਕੱਢ ਦੇਣੀ ਹੈ। ਤੁਹਾਡੀ ਜ਼ਿੰਦਗੀ ਦਾ ਟਾਰਗੇਟ ਸੀਗਾ ਵੀ ਤੁਸੀਂ ਦੋਵੇਂ ਭਰਾ ਮਸ਼ਹੂਰ ਹੋਣੇ ਚਾਹੀਦੇ ਸੀਗੇ, ਉਹ ਤੁਸੀਂ ਮਸ਼ਹੂਰ ਹੋਗੇ, ਚਾਹੇ ਉਹਨੂੰ ਸੰਤਾ ਬੰਤਾ ਕਹਿ ਲਈਏ, ਚਾਹੇ ਸ਼ੁਗਲੀ ਜੁਗਲੀ ਕਹਿ ਲਈਏ, ਅੱਜ ਗੋ ਟੂ ਪੰਜਾਬ ਹੋ ਗਿਆ, ਕੱਲ ਪੰਜਾਬ ਟੂ ਗੋ ਹੋ ਜੂਗਾ, ਜੋ ਮਰਜ਼ੀ ਨਾਂ ਰੱਖ ਲਈਏ, ਇੱਕ ਦੁਨੀਆ ਯਾਦ ਰੱਖੇਗੀ ਕਿ ਦੋ ਭਰਾ ਆਏ ਸੀ ਜਿਨ੍ਹਾਂ ਨੇ ਲੋਕਾਂ ਨੂੰ ਹੱਸਣਾ ਸਿਖਾਇਆ ਸੀ, ਤੇ ਤੁਸੀਂ ਜਿੱਤ ਗਏ ਜੇ ਅੱਜ, ਤੇ ਮੇਰੀ ਵਾਰੀ ਜੇ, ਮੈਨੂੰ ਸ਼ੌਂਕ ਹੀ ਹੈਗਾ ਜੇ ਵੀਜ਼ਾ ਲਵਾਉਣ ਦਾ, ਮੈਨੂੰ ਹੋਰ ਕੋਈ ਸ਼ੌਂਕ ਨਹੀਂ ਹੈਗਾ। ਮੇਰੀ ਮੁਹਿੰਮ ਹੈ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਜਿਹੜੇ ਹਾਰ ਗਏ, ਜਿਹਨਾਂ ਕੋਲ ਪੈਸੇ ਨਹੀਂ ਹੈਗੇ, ਪੈਸਾ ਤਾਂ ਨਹੀਂ ਨਾ ਖਰਾਬ ਹੋ ਰਿਹਾ, ਮੈਂ ਕਿਹੜਾ ਤੁਹਾਡੇ ਕੋਲ ਪੈਸੇ ਲੈ ਲਏ, 10 ਲੱਖ ਵਾਲਾ ਕੰਮ ਮੈਂ ਪਹਿਲਾਂ ਹੀ ਤੁਹਾਡਾ ਪੰਚ ਕਰਦਾ ਪਿਆ, ਫਿਰ ਪੈਸੇ ਵੀ ਬਾਅਦ 'ਚ ਲੈਂਦਾ, ਫਿਰ ਇੱਥੇ ਗੱਲਾਂ ਵੀ ਸੁਣਦਾ ਮੈਂ ਤੁਹਾਡੀਆਂ।